ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ। ਹੇ ਭਾਈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਹਰ ਦੇਖੇ ਜੀਵਤ ਹੈ ਨਾਨਕ, ਇੱਕ ਨਿਮਖ ਪਲੋ ਮੁੱਖ ਲਾਗੀ। ਹੇ ਭਾਈ, ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇਂ ਲਈ ਹੀ ਹੋ ਜਾਏ, ਇੱਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸਦਾ ਦਰਸ਼ਨ ਕਰਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਰਾਗ ਮਲਾਰ ਮਹੱਲਾ ਪੰਜਵਾਂ, ਚੌਪਦੇ ਘਰ ਪਹਿਲਾ। ਇਹ ਚਾਰ ਪਦਿਆਂ ਵਾਲੀ ਬਾਣੀ ਰਾਗ ਮਲਾਰ ਦੇ ਪਹਿਲੇ ਘਰ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ। ਇੱਕਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ ਅਤੇ ਸੱਚੇ ਗੁਰੂ ਦੀ ਦਇਆ ਨਾਲ ਪ੍ਰਾਪਤ ਹੁੰਦਾ ਹੈ। ਕਿਆ ਤੂੰ ਸੋਚੈ ਹੈ, ਕਿਆ ਤੂੰ ਚਿਤਵੈ ਹੈ, ਕਿਆ ਤੂੰ ਕਰੈ ਹੈ ਉਪਾਏ। ਹੇ ਭਾਈ, ਪਰਮਾਤਮਾ ਦੀ ਸ਼ਰਨ ਛੱਡ ਕੇ ਤੂੰ ਹੋਰ ਕੀ ਸੋਚਾਂ ਸੋਚਦਾ ਹੈ, ਤੂੰ ਹੋਰ ਕੀ ਉਪਾਵ ਚਿਤਵਦਾ ਹੈ, ਤੂੰ ਹੋਰ ਕਿਹੜੇ ਹੀਲੇ ਕਰਦਾ ਹੈ। ਤਾਂ ਕੋ ਕਰੋ ਪਰਵਾਹ ਕਾਹੂ ਕੀ, ਜਹ ਗੋਪਾਲ ਸਹਾਈ। ਵੇਖ, ਜਿਸ ਮਨੁੱਖ ਦਾ ਸਹਾਈ ਪਰਮਾਤਮਾ ਆਪ ਬਣਦਾ ਹੈ, ਉਸ ਨੂੰ ਦੱਸ ਕਿਸ ਦੀ ਪਰਵਾਹ ਰਹਿ ਜਾਂਦੀ ਹੈ। ਬਰਸੈ ਮੇਘ ਸਖੀ ਘਰ ਪਾਹੁਣ ਆਏ। ਹੇ ਸਹੇਲੀ, ਮੇਰੇ ਹਿਰਦੇ ਘਰ ਵਿੱਚ ਪ੍ਰਭੂਪਤੀ ਜੀ ਟਿਕੇ ਹਨ, ਮੇਰੇ ਅੰਦਰੋਂ ਤਪਸ਼ ਮਿਟ ਗਈ ਹੈ। ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸਦੀ ਮਿਹਰ ਦਾ ਬੱਦਲ ਵਸ ਰਿਹਾ ਹੈ। ਮੋਹੇ ਦੀਨ ਕਿਰਪਾ ਨਿਧ ਠਾਕੁਰ, ਨਵ ਨਿਧ ਨਾਮ ਸਮਾਏ। ਰਹਾਉ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਹੇ ਮਾਲਕ ਪ੍ਰਭੂ, ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿੱਚ ਲੀਨ ਕਰੀ ਰੱਖ। ਇਹ ਨਾਮ ਹੀ ਮੇਰੇ ਵਾਸਤੇ ਨੌ ਖਜ਼ਾਨੇ ਹੈ। ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ। ਜਿਵੇਂ ਕੋਈ ਇਸਤਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸਵਾਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਉਂਦੀ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵ ਉਹ ਭੋਗ ਹਰ ਰਾਏ। ਹੇ ਮੇਰੇ ਪ੍ਰਭੂ ਪਾਤਸ਼ਾਹ, ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ ਅਤੇ ਇਸ ਨੂੰ ਹੁਣ ਪ੍ਰਵਾਨ ਕਰ। ਦੁਸ਼ਟ ਬਿਦਾਰੇ ਸਾਜਨ ਰਹਸੇ, ਇਹ ਮੰਦਰ ਘਰ ਅਪਣਾਏ। ਹੇ ਸਖੀ, ਇਹਨਾਂ ਸਰੀਰ ਘਰਾਂ ਮੰਦਰਾਂ ਨੂੰ ਜਦੋਂ ਪ੍ਰਭੂ ਪਤੀ ਅਪਣਾਉਂਦਾ ਹੈ, ਇਹਨਾਂ ਵਿੱਚ ਆਪਣਾ ਪ੍ਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿੱਚੋਂ ਕਾਮਾਦਿਕ ਦੁਸ਼ਟ ਨਾਸ਼ ਹੋ ਜਾਂਦੇ ਹਨ ਅਤੇ ਦੈਵੀ ਗੁਣ ਸੱਜਣ ਪ੍ਰਫੁੱਲਤ ਹੋ ਜਾਂਦੇ ਹਨ। ਜੋ ਗ੍ਰਹਿ ਲਾਲ ਰੰਗੀਓ ਆਇਆ, ਤੋ ਮੈਂ ਸਭ ਸੁੱਖ ਪਾਏ। ਹੇ ਸਖੀ, ਜਦੋਂ ਤੋਂ ਮੇਰੇ ਹਿਰਦੇ ਘਰ ਵਿੱਚ ਸੋਹਣਾ ਲਾਲ ਪ੍ਰਭੂ ਆ ਵਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁੱਖ ਹਾਸਲ ਕਰ ਲਏ ਹਨ। ਸੰਤ ਸਭਾ ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ। ਹੇ ਭਾਈ, ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲਾਗੈ ਆਏ। ਉਸ ਨੂੰ ਸੋਹਣਾ ਪ੍ਰਭੂ ਪਤੀ ਮਿਲ ਪੈਂਦਾ ਹੈ,
ਉਸ ਨੂੰ ਫਿਰ ਕੋਈ ਦੁੱਖ ਪੋ ਨਹੀਂ ਸਕਦਾ। ਮਲਾਰ ਮਹੱਲਾ ਪੰਜਵਾਂ। ਰਾਗ ਮਲਾਰ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਖੀਰ ਆਧਾਰ ਬਾਰਕ ਜਬ ਹੋਤਾ, ਬਿਨ ਖੀਰੈ ਰਹਿਣ ਨਾ ਜਾਈ। ਹੇ ਭਾਈ, ਜਦੋਂ ਕੋਈ ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ ਤਦੋਂ ਉਹ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ। ਸਾਰ ਸੰਭਾਲ ਮਾਤਾ ਮੁਖ ਨੀਰੈ, ਤਬ ਉਹ ਤ੍ਰਿਪਤ ਆਕਾਈ। ਜਦੋਂ ਉਸਦੀ ਮਾਂ ਉਸਦੀ ਸਾਰ ਲੈ ਕੇ ਉਸਦੀ ਸੰਭਾਲ ਕਰਕੇ ਉਸਦੇ ਮੂੰਹ ਵਿੱਚ ਆਪਣਾ ਥਣ ਪਾਉਂਦੀ ਹੈ ਤਦੋਂ ਉਹ ਦੁੱਧ ਨਾਲ ਚੰਗੀ ਤਰ੍ਹਾਂ ਰੱਜ ਜਾਂਦਾ ਹੈ। ਹਮ ਬਾਰਕ ਪਿਤਾ ਪ੍ਰਭ ਦਾਤਾ। ਹੇ ਭਾਈ, ਦਾਤਾਰ ਪ੍ਰਭੂ ਸਾਡਾ ਪਿਤਾ ਹੈ, ਅਸੀਂ ਜੀਵ ਉਸਦੇ ਬੱਚੇ ਹਾਂ। ਭੁੱਲਹਿ ਬਾਰਕ ਅਨੇਕ ਲੱਖ ਬਰੀਆ, ਅਨ ਠੌਰ ਨਾਹੀਂ ਜਹ ਜਾਤਾ। ਰਹਾਓ, ਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾ ਕਰਦੇ ਹਨ। ਪਿਤਾ ਪ੍ਰਭੂ ਤੋਂ ਬਿਨਾਂ ਉਹਨਾਂ ਦਾ ਕੋਈ ਹੋਰ ਥਾਂ ਨਹੀਂ ਜਿੱਥੇ ਉਹ ਜਾ ਸਕਣ। ਚੰਚਲ ਮਤ ਬਾਰਕ ਬਪੁਰੇ ਕੀ, ਸਰਪ ਅਗਨ ਕਰ ਮੇਲੈ। ਹੇ ਭਾਈ, ਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ। ਜਦੋਂ ਮਾਂ ਪਿਓ ਤੋਂ ਪਰੇ ਹੁੰਦਾ ਹੈ ਤਦੋਂ ਸੱਪ ਨੂੰ ਹੱਥ ਪਾਉਂਦਾ ਹੈ, ਅੱਗ ਨੂੰ ਹੱਥ ਪਾਉਂਦਾ ਹੈ ਅਤੇ ਦੁਖੀ ਹੁੰਦਾ ਹੈ। ਮਾਤਾ ਪਿਤਾ ਕੰਠ ਲਾਏ ਰੱਖੈ, ਆਨੰਦ ਸਹਿਜ ਤਬ ਖੇਲੈ। ਪਰ ਜਦੋਂ ਉਸਦੀ ਮਾਂ ਗਲ ਨਾਲ ਲਾ ਕੇ ਰੱਖਦੀ ਹੈ, ਪਿਓ ਗਲ ਨਾਲ ਲਾ ਕੇ ਰੱਖਦਾ ਹੈ, ਭਾਵ ਜਦੋਂ ਉਸਦੇ ਮਾਪੇ ਉਸਦਾ ਧਿਆਨ ਰੱਖਦੇ ਹਨ ਤਦੋਂ ਉਹ ਆਨੰਦ ਨਾਲ ਬੇਫਿਕਰੀ ਨਾਲ ਖੇਡਦਾ ਹੈ। ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ। ਹੇ ਮੇਰੇ ਮਾਲਕ ਪ੍ਰਭੂ, ਜਿਸ ਬੱਚੇ ਦਾ ਤੂੰ ਪਿਤਾ ਵਾਂਗ ਰਾਖਾ ਹੈ ਉਸ ਬੱਚੇ ਨੂੰ ਕੋਈ ਮਾਇਕ ਭੁੱਖ ਨਹੀਂ ਰਹਿ ਜਾਂਦੀ। ਨਵਨਿਧ ਨਾਮ ਨਿਧਾਨ ਗ੍ਰਹਿ ਤੇਰਾ, ਮਨ ਬਾਛੈ ਸੋ ਲੈਸੀ। ਹੇ ਪਰਮਾਤਮਾ, ਤੇਰੇ ਘਰ ਵਿੱਚ ਤੇਰਾ ਨਾਮ ਖਜ਼ਾਨਾ ਹੈ, ਇਹੀ ਹੈ ਨੋ ਖਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿੱਚ ਤੇਰੇ ਤੋਂ ਮੰਗਦਾ ਹੈ ਉਹ ਕੁਝ ਹਾਸਲ ਕਰ ਲੈਂਦਾ ਹੈ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੈ ਸੋ ਦੇਨਾ। ਹੇ ਭਾਈ, ਕਿਰਪਾਲ ਪਿਤਾ ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸਨੂੰ ਦੇ ਦੇਣਾ ਹੈ। ਨਾਨਕ ਬਾਰਕ ਦਰਸ ਪ੍ਰਭ ਚਾਹੈ, ਮੋਹਿ ਹਿਰਦੈ ਬਸੈ ਨਿਤ ਚਰਣਾ। ਹੇ ਪ੍ਰਭੂ, ਤੇਰਾ ਬੱਚਾ ਨਾਨਕ ਤੇਰਾ ਦਰਸ਼ਨ ਚਾਹੁੰਦਾ ਹੈ ਅਤੇ ਆਖਦਾ ਹੈ, ਹੇ ਪ੍ਰਭੂ ਤੇਰੇ ਚਰਨ ਮੇਰੇ ਹਿਰਦੇ ਵਿੱਚ ਵਸਦੇ ਰਹਿਣ। ਮਲਾਰ ਮਹੱਲਾ ਪੰਜਵਾਂ। ਰਾਗ ਮਲਾਰ ਵਿੱਚ ਉਚਾਰਨ ਕੀਤੀ ਹੋਈ ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ। ਸਗਲ ਵਿਧੀ ਜੁਰ ਆਹਰ ਕਰਿਆ, ਤਜਿਓ ਸਗਲ ਅੰਦੇਸਾ। ਹੇ ਸਖੀ, ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਉਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ। ਮੈਨੂੰ ਹੁਣ ਮਾਲਕ ਪ੍ਰਭੂ ਦਾ ਹਰ ਵੇਲੇ ਸਹਾਰਾ ਹੈ। ਕਾਰਜ ਸਗਲ ਆਰੰਭਿਓ ਘਰ ਕਾ, ਠਾਕੁਰ ਕਾ ਭਰੋਸਾ। ਮੈਂ ਹੁਣ ਸਾਰੇ ਚਿੰਤਾ ਫਿਕਰ ਮਿਟਾ ਦਿੱਤੇ ਹਨ। ਹੁਣ ਮੈਨੂੰ ਇਉਂ ਜਾਪਦਾ ਹੈ ਕਿ
ਕਿ ਸਫਲਤਾ ਦੇ ਸਾਰੇ ਢੰਗਾਂ ਨੇ ਰਲ ਕੇ ਮੇਰੀ ਹਰੇਕ ਸਫਲਤਾ ਵਾਸਤੇ ਉਦਮ ਕੀਤਾ ਹੋਇਆ ਹੈ। ਸੁਣੀਐ ਬਾਜੈ ਬਾਜ ਸੁਹਾਵੀ। ਹੇ ਸਖੀ, ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ, ਦਰਸ਼ਨ ਕੀਤਾ, ਮੇਰੇ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਬਣ ਗਿਆ। ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ। ਮੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੇਣ ਚੜ ਪਿਆ। ਭੋਰ ਪਿਆ ਮੈਂ ਪ੍ਰੀਏ ਮੁਖ ਭੇਖੇ, ਗ੍ਰਹਿ ਮੰਗਲ ਸੋਹ ਲਾਵੀ ਰਹਾਉ। ਮੇਰੇ ਅੰਦਰੋਂ ਇਹੋ ਜਿਹਾ ਆਨੰਦ ਬਣ ਗਿਆ ਹੈ ਜਿਵੇਂ ਕਿ ਅੰਦਰ ਕੰਨਾਂ ਨੂੰ ਸੋਹਣੀ ਲੱਗਣ ਵਾਲੀ ਕਿਸੇ ਵਾਜੇ ਦੀ ਆਵਾਜ਼ ਸੁਣੀ ਜਾ ਰਹੀ ਹੈ। ਮਨੁਆ ਲਾਏ ਸਵਾਰੇ ਥਾਨਾ, ਪੁੱਛੋ ਸੰਤਾਂ ਜਾਏ। ਹੇ ਸਖੀ, ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦਰੀਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ ਪ੍ਰਭੂਪਤੀ ਦੇ ਮਿਲਾਪ ਦੀਆਂ ਗੱਲਾਂ ਪੁੱਛਦੀ ਰਹਿੰਦੀ ਹਾਂ। ਖੋਜਤ ਖੋਜਤ ਮੈਂ ਪਾਹੁਣ ਮਿਲਿਓ, ਭਗਤ ਕਰੋ ਨਿਵ ਪਾਏ। ਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂਪਤੀ ਮਿਲ ਪਿਆ ਹੈ। ਹੁਣ ਮੈਂ ਉਸਦੇ ਚਰਨਾਂ 'ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।